ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ ਜਾਣੇ? ਜਿੱਥੋਂ ਜਿੱਥੋਂ ਵੀ ਸਾਡਾ ਵਲੋਗ ਦੇਖਦੇ ਹੋ ਜ਼ਰੂਰ ਦੱਸਿਆ ਕਰੋ, ਠੀਕ ਹੈ? ਅਤੇ ਕਿਵੇਂ ਹੋ ਤੁਸੀਂ ਔਰ ਕਿੱਥੋਂ ਦਾ ਕਿਵੇਂ ਮੌਸਮ ਹੈ, ਹੈ ਨਾ? ਅਤੇ ਥੋੜ੍ਹੀ ਬਹੁਤੀ, ਹੈ ਨਾ, ਜਿਵੇਂ ਤੁਹਾਡੀ ਆਪਣੀ ਵੀ ਗੱਲ ਮੈਨੂੰ ਵਲੋਗ ਦੇ ਵਿੱਚ ਦੱਸਿਆ ਕਰੋ, ਠੀਕ ਹੈ? ਜਿਵੇਂ ਮੈਂ ਤੁਹਾਨੂੰ ਆਪਣੀਆਂ ਦੱਸਦੀ ਹਾਂ, ਪੁੱਛਦੀ ਹਾਂ, ਅਤੇ ਜਿਸ ਟਾਈਮ ਤੁਹਾਡੇ ਮੈਸੇਜ ਆਉਂਦੇ ਆ, ਹੈ ਨਾ, ਕਈ ਵਾਰ ਮੈਂ ਨਾਮ ਭੁੱਲ ਜਾਂਦੀ ਹਾਂ ਤੁਹਾਨੂੰ ਮੈਂ ਦੱਸਾਂ, ਅਤੇ ਇੱਕਦਮ ਜਿਵੇਂ ਆਪਾਂ ਕੈਮਰੇ ਦੇ ਅੱਗੇ ਆਉਂਦੇ ਹਾਂ ਨਾ, ਅਤੇ ਨਾਮ ਭੁੱਲ ਜਾਂਦੀ ਹੈਗੀ ਹਾਂ, ਅਤੇ ਬਸ ਮੈਂ ਡਿਸਕਸ ਜ਼ਰੂਰ ਕਰਦੀ ਹੁੰਦੀ ਵਲੋਗ ਦੇ ਵਿੱਚ, ਹੈ ਨਾ, ਵੀ ਤੁਸੀਂ ਇਸ ਤਰ੍ਹਾਂ ਮੈਸੇਜ ਭੇਜਿਆ, ਪਰ ਤੁਸੀਂ ਸਮਝ ਲਿਆ ਕਰੋ, ਠੀਕ ਹੈ, ਕਿ ਮੈਂ ਤੁਹਾਡੇ ਵਾਸਤੇ ਮੈਸੇਜ ਭੇਜਿਆ ਔਰ ਮੈਂ ਜੋ ਵੀ ਤੁਸੀਂ ਕਹਿੰਦੇ ਹੋ, ਹੈ ਨਾ, ਮੈਂ ਟਰਾਈ ਜ਼ਰੂਰ ਕਰਦੀ ਹੁੰਦੀ ਹਾਂ। ਅਤੇ ਇਹ ਨਹੀਂ ਹੁੰਦਾ ਕਿ ਅਸੀਂ ਬਹੁਤ ਵੱਡੇ ਯੂਟਿਊਬਰ ਆ ਔਰ ਅਸੀਂ ਬਹੁਤ ਕੁਛ, ਹੈ ਨਾ, ਸਿੱਖਿਆ ਹੋਇਆ, ਅਤੇ ਕਹਿੰਦੇ ਨਾ ਤੁਹਾਡੇ ਤੋਂ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈਗਾ, ਹੈ ਨਾ। ਅਤੇ ਜਿਵੇਂ ਤੁਸੀਂ ਦੇਖ ਰਹੇ ਹੋ, ਹੈ ਨਾ, ਮੈਂ ਕੱਪੜੇ ਧੋਈ ਜਾਂਦੀ ਹੈਗੀ ਹਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ੍ਹ ਕਿਹਾ ਸੀ ਵੀ ਮੇਰਾ ਐਂ ਜੀ ਕਰਦਾ ਸੀ, ਹੈ ਨਾ, ਮੌਸਮ ਸਾਫ਼ ਹੋਵੇ ਤਾਂ ਕੱਪੜੇ ਧੋਦਾ, ਪਰ ਕਹਿੰਦੇ ਨਾ ਕੱਲ੍ਹ ਮਨ ਹੀ ਨਹੀਂ ਠੀਕ ਸੀ, ਹੈ ਨਾ, ਅਤੇ ਨਾ ਕਹਿੰਦੇ ਸਾਡੀ ਬੋਡੀ ਇਜਾਜ਼ਤ ਜਦੋਂ ਨਾ ਦੇਵੇ ਨਾ ਕੋਈ ਕੰਮ ਕਰਨ ਨੂੰ, ਤਾਂ ਮੈਂ ਨਹੀਂ ਕਰਦੀ। ਅਤੇ ਕੱਪੜੇ ਮੈਂ ਸਾਰੇ ਦੇਖ ਲਓ ਧੋ ਲਏ ਸੀਗੇ, ਹੈ ਨਾ, ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਰਹਿ ਗਿਆ ਸੀ ਕੱਪੜਿਆਂ ਦਾ ਕੰਮ, ਫਿਰ ਮੈਂ ਵਲੋਗ ਸ਼ੁਰੂ ਕੀਤਾ ਸੀਗਾ। ਅਤੇ ਇਹ ਦੇਖ ਲਓ ਸਾਰੇ ਕੱਪੜੇ ਹੇਠ ਉੱਤੇ ਪਾਏ ਹੋਏ ਆ, ਹੈ ਨਾ। ਸਭ ਤੋਂ ਜ਼ਿਆਦਾ ਤਾਂ ਮੈਨੂੰ ਆਪਣੇ ਸੂਟ ਹੀ ਨਜ਼ਰ ਆਈ ਜਾਂਦੇ, ਸੂਰਜ ਦੇਵਤਾ ਜੀ, ਹੈ ਨਾ, ਨਿਕਲ ਚੁੱਕੇ ਆ। ਬਹੁਤ ਅੱਛਾ ਲੱਗਦਾ, ਹੈ ਨਾ, ਜਦੋਂ ਤਾਰਾਂ ਸਾਡੀਆਂ ਕੱਪੜਿਆਂ ਨਾਲ ਭਰ ਜਾਂਦੀਆਂ ਔਰ ਮਸ਼ੀਨ ਸਾਡੀ ਖਾਲੀ ਹੋ ਜਾਂਦੀ ਹੈ, ਹੈ ਨਾ। ਅਤੇ ਚਾਹ ਪਈ ਹੈ ਕੋਲ, ਅਤੇ ਮੈਂ ਇਹ ਕਹਿ ਰਹੀ ਸੀ ਮੈਂ ਇਹਨਾਂ ਨੂੰ, ਮੈਂ ਕਿਹਾ ਮੈਂ ਚਾਹ ਆਪੇ ਪੀ ਲੂੰਗੀ, ਬਸ ਤੁਸੀਂ ਪੀ ਲਓ। ਇਹਨਾਂ ਨੇ ਵੀ ਬਾਹਰ ਹੀ ਅੱਜ ਬੈਠ ਕੇ ਪੀਤੀ ਸੀਗੀ ਚਾਹ। ਅਤੇ ਹੁਣ ਥੋੜ੍ਹਾ ਜਿਹਾ ਮੌਸਮ ਦੇ ਵਿੱਚ ਜਿਵੇਂ ਚੇਂਜ ਆ ਗਿਆ ਨਾ, ਅਤੇ ਪੱਖੇ ਦੀ ਵੀ ਲੋੜ ਨਹੀਂ ਹੈਗੀ, ਚਾਹ ਦਾ ਹੱਥ ਦੇ ਵਿੱਚ ਕੱਪ ਫੜਿਆ ਹੋਇਆ, ਅਤੇ ਨਾਲ ਨਾਲ ਮੈਂ ਮਸ਼ੀਨ ਧੋਈ ਜਾਂਦੀ ਹਾਂ। ਮੈਨੂੰ ਇਹ ਹੈ ਨਾ ਕਿ ਮੈਂ ਅੰਦਰ ਜਾਵਾਂ, ਹੈ ਨਾ, ਅਤੇ ਫਿਰ ਇਹਨਾਂ ਦਾ ਵੀ ਟਿਫਨ ਦੇਵਾਂ, ਅਤੇ ਨਾਲ ਦੇ ਨਾਲ ਹੀ ਸਾਡਾ ਸਾਰਾ ਕੰਮ, ਹੈ ਨਾ, ਨਿਬੜ ਜਾਂਦਾ। ਜਦੋਂ ਫਿਰ ਹੀ ਮੈਂ 5-10 ਮਿੰਟ ਬੈਠਦੀ ਹੁੰਦੀ ਹਾਂ, ਹੈ ਨਾ, ਅਤੇ ਬਸ ਨਾਲ ਨਾਲ ਚਾਹ ਪੀ ਜਾਂਦੀ ਹਾਂ। ਬਹੁਤ ਅੱਛਾ ਲੱਗ ਰਿਹਾ ਹੈਗਾ, ਨਾਲ ਹੀ ਮੈਂ ਭਾਈ ਆਪਦਾ ਕੱਪ ਧੋ ਦਿੰਦੀ ਹਾਂ, ਬਾਹਰ ਟਰੇ ਕੱਪ ਸਭ ਕੁਛ ਬਾਹਰ ਹੀ ਧੋ ਦਿੰਦੀ ਹੁੰਦੀ ਹਾਂ। ਅਤੇ ਅੱਗੇ, ਹੈ ਨਾ, ਜਿਵੇਂ ਇਸ ਤਰ੍ਹਾਂ ਹੀ ਭਾਂਡੇ ਧੋਂਦੇ ਹੁੰਦੇ ਸੀ ਬਾਹਰ ਬਹਿ ਕੇ, ਹੈ ਨਾ। ਅੱਜ ਕੱਲ੍ਹ ਜਿਸ ਤਰ੍ਹਾਂ, ਅੱਜ ਕੱਲ੍ਹ ਕੀ ਕਾਫੀ ਟਾਈਮ ਹੀ ਹੋ ਗਿਆ, ਹੈ ਨਾ, ਹੁਣ ਤਾਂ ਮਤਲਬ ਸਾਰੇ ਕੰਮ ਆਪਾਂ ਰਸੋਈਆਂ ਦੇ ਖੜ੍ਹੇ ਹੋ ਕੇ ਕਰਦੇ ਹਾਂ, ਪਰ ਕਹਿੰਦੇ ਨਾ ਉੱਠਕ ਬੈਠਕ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਕੁੱਕੜੂ ਬੈਠ ਕੇ, ਜਿਵੇਂ ਪੈਰਾਂ ਭਰ ਬੈਠ ਕੇ ਜ਼ਰੂਰ ਸਾਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ। ਅਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਮੈਂ ਸੈਮੀ ਮਸ਼ੀਨ ਦੇ ਵਿੱਚ ਹੀ ਕੱਪੜੇ ਧੋਨੀ ਹਾਂ, ਅਤੇ ਕਈ ਕੱਪੜੇ ਮੈਂ ਹੱਥਾਂ ਨਾਲ ਬੈਠ ਕੇ ਧੋਨੀ ਹਾਂ, ਹੈ ਨਾ, ਪੈਰਾਂ ਭਾਰ ਤਾਂ ਨਹੀਂ ਬੈਠ ਕੇ ਧੋਂਦੀ, ਪਰ ਮੈਂ ਹੱਥਾਂ ਨਾਲ ਜ਼ਰੂਰ ਕੱਪੜੇ ਧੋਨੀ ਹਾਂ। ਕਹਿੰਦੇ ਨਾ ਬੈਠ ਉੱਠਕ ਬੈਠਕ ਜ਼ਰੂਰ ਹੋਣੀ ਚਾਹੀਦੀ ਹੈ, ਅਤੇ ਤਾਂ ਕਿ ਸਾਡੀ ਬੋਡੀ, ਹੈ ਨਾ, ਥੋੜ੍ਹੀ ਬਹੁਤੀ ਹਿਲ ਡੁਲ ਕਰ ਸਕੇ, ਇਹ ਕਹਿਣ ਦਾ ਮਤਲਬ ਹੈ। ਅਤੇ ਜਿਸ ਤਰ੍ਹਾਂ ਅੱਜ ਕੱਲ੍ਹ, ਹੈ ਨਾ, ਕਿੰਨੀ ਪ੍ਰੋਬਲਮ ਆਈ ਹੋਈ ਹੈ ਕਿ ਅਸੀਂ ਸਟੈਂਡਿੰਗ ਹੀ ਸਾਰਾ ਕੰਮ ਕਰਦੇ ਹਾਂ, ਅਤੇ ਬੈਠਿਆ ਨਹੀਂ ਜਾਂਦਾ, ਹੈ ਨਾ, ਕਿਤੇ ਜਾਂਦੇ ਹਾਂ ਧਾਰਮਿਕ ਜਗ੍ਹਾ 'ਤੇ ਜਾਂਦੇ ਹਾਂ, ਫਿਰ ਸਾਨੂੰ ਕੁਰਸੀ ਟੇਬਲ ਲੈਣਾ ਪੈਂਦਾ, ਹੈ ਨਾ। ਮੈਂ ਦੇਖਿਆ ਹੋਇਆ, ਇਹ ਨਹੀਂ ਹੁੰਦਾ ਕਿ ਏਜ਼ ਹੋ ਗਈ ਤਾਂ ਮਤਲਬ ਸਾਨੂੰ ਇਸ ਤਰ੍ਹਾਂ ਬੈਠਣਾ ਪੈਂਦਾ, ਜਵਾਨ ਵੀ ਯੰਗ ਵੀ, ਹੈ ਨਾ, ਸਾਡੇ ਗੋਡਿਆਂ ਦੇ ਵਿੱਚ ਦਰਦ ਹੋ ਰਿਹਾ, ਹੈ ਨਾ, ਅਤੇ ਬੱਚੇ ਵੀ ਹਾਏ ਹਾਏ ਕਰਦੇ ਆ। ਅਤੇ ਇਹ ਕਹਿੰਦੇ ਨਾ ਇਹ ਐਕਸਰਸਾਈਜ਼ ਬਹੁਤ ਵਧੀਆ ਹੈਗੀ ਕੱਪੜਿਆਂ ਦੀ, ਹੈ ਨਾ, ਅਤੇ ਜਿਸ ਤਰ੍ਹਾਂ ਥੋੜ੍ਹੇ ਥੋੜ੍ਹੇ ਕੱਪੜੇ ਹੁੰਦੇ ਆ, ਤੁਸੀਂ ਤਾਂ ਵੈਸੇ ਵੀ ਧੋਂਦੇ ਹੋਵੋਗੇ, ਹੈ ਨਾ, ਤੁਸੀਂ ਕਹੋਗੇ, ਅਤੇ ਪਰ ਜਿਹੜੇ ਨਹੀਂ ਧੋਂਦੇ, ਹੈ ਨਾ, ਅਤੇ ਹੁਣ ਮਿੱਠੂ ਨਹਾਈ ਧੋਈ ਕਰਾ ਰਿਹਾ, ਦੇਖ ਲਓ, ਨਾਲ ਨਾਲ ਇਹਦੀ ਵੀ ਨਹਾਈ ਧੋਈ ਮੈਂ ਕਰਾ ਦਿੰਦੀ ਹੁੰਦੀ ਹਾਂ। ਅਤੇ ਜਿਸ ਟਾਈਮ ਟਾਈਮ ਹੁੰਦਾ ਨਾ, ਅੱਜ ਮੇਰੇ ਕੋਲ ਥੋੜ੍ਹਾ ਜਿਹਾ ਟਾਈਮ ਸੀਗਾ, ਇਸ ਤਰ੍ਹਾਂ ਪਹਿਲਾਂ ਇਹਨੂੰ ਥੱਲੇ ਬਿਠਾ ਕੇ ਭਾਈ ਨਵਾਤਾ, ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਮੈਂ ਟੂਟੀ ਥੱਲੇ ਕਰਤਾ ਇਹਨੂੰ, ਇੰਨੇ ਮਜ਼ੇ ਆ ਰਹੇ ਸੀ ਬਹੁਤ ਹੀ ਜ਼ਿਆਦਾ, ਹੈ ਨਾ। ਅਤੇ ਇਹਨੂੰ ਨਵਾਏ ਨੂੰ 15 ਦਿਨ ਹੋ ਗਏ ਸੀ, 15-20 ਦਿਨ ਤੋਂ ਵੀ ਜ਼ਿਆਦਾ ਹੋ ਗਏ ਸੀ, ਅਤੇ ਸੁਰਤ ਆ ਗਈ ਸੀ ਇਹਨੂੰ ਵੀ ਨਹਾ ਕੇ, ਹੈ ਨਾ, ਬੈਠਾ ਆਪਣਾ ਮੂੰਹ ਨਾਲ ਸਾਰਾ ਕੁਛ, ਹੈ ਨਾ, ਪਿੰਡਾ ਪੁੰਡਾ ਸਾਫ਼ ਕਰ ਲਓ, ਵੈਸੇ ਤਾਂ ਮੈਂ ਤੌਲੀ ਨਾਲ ਛੋਟਾ ਜਿਹਾ ਲਾਇਆ ਹੋਇਆ ਕੱਪੜਾ ਜਿਹਾ। ਅਤੇ ਫਿਰ ਮੈਂ ਦੇਖ ਲਓ ਜੀ ਰਸੋਈ ਦੇ ਵਿੱਚ ਆ ਗਈ, ਨਾਸ਼ਤਾ ਵਗੈਰਾ ਬਣਾ ਤਾ ਸੀਗਾ, ਹੈ ਨਾ, ਅਤੇ ਨਾਸ਼ਤੇ ਤੋਂ ਬਾਅਦ ਦੇਖ ਲਓ ਸਮਾਨ ਸਾਰਾ ਉਹ
ਨਹੀਂ ਪਿਆ ਹੈਗਾ। ਇਹ ਰਾਜਮਾਂਹ ਸਵੇਰੇ ਮੈਨੂੰ ਇਹਨਾਂ ਨੇ ਲਿਆ ਕੇ ਦਿੱਤੇ ਸੀ, ਅਤੇ ਜਿਵੇਂ ਮੈਂ ਦੱਸਿਆ ਸੀਗਾ ਨਾ ਪਰਸੋਂ ਵੀ ਰਾਜਮਾਂਹ ਹੀ ਬਣਾਏ ਸੀ ਹਜੇ ਉਹ ਵੀਡੀਓ ਸ਼ੋਰਟ ਵੀਡੀਓ ਪਾਈ ਨਹੀਂ, ਦੁਬਾਰੇ ਫਿਰ ਬਣ ਗਏ। ਅਤੇ ਮੇਰੇ ਬੇਟਾ ਕਹਿੰਦਾ ਮੰਮੀ ਰਾਜਮਾਂਹ ਦੁਬਾਰੇ ਬਣਾਓ। ਮੈਂ ਕਿਹਾ ਚੱਲ ਠੀਕ ਹੈ। ਉਦੋਂ ਥੋੜ੍ਹੇ ਜਿਹੇ ਬਣਾਏ ਸੀ ਨਾ ਬਸ, ਮੈਂ ਤੁਹਾਨੂੰ ਦੱਸਿਆ ਸੀ ਥੋੜ੍ਹੇ ਜਿਹੇ ਸੀਗੇ, ਅਤੇ ਹੁਣ ਵੀ ਥੋੜ੍ਹੇ ਜਿਹੇ ਮਤਲਬ ਬਣਾਊਂਗੀ। ਕਹਿਣ ਦਾ ਇਹ ਮਤਲਬ ਹੈ ਕਿ ਲੈ ਆਉਂਦੇ ਸੀ ਪਰ ਬਣਾਊਂਗੀ ਥੋੜ੍ਹੇ ਜਿਹੇ ਹੁਣ। ਅਤੇ ਅਸੀਂ ਤਾਂ ਬਹੁਤ ਘੱਟ ਖਾਂਦੇ ਹਾਂ ਪਰ ਰਾਜਮਾਂਹ ਚਾਵਲ ਬਣੇ ਹੋਣ ਨਾ ਭਾਈ। ਇਹ ਜੰਮੂ ਦੇ ਰਾਜਮਾਂਹ ਲਏ ਸੀ ਨਾ, ਜੰਮੂ ਵਾਲੇ ਰਾਜਮਾਂਹ, ਇਹ ਮੈਨੂੰ ਥੋੜ੍ਹੇ ਜਿਹੇ ਨਾ ਕੌੜੇ ਜਿਹੇ ਲੱਗਦੇ ਹੈਗੇ। ਅਸੀਂ ਚਿੱਤਰੀ ਵਾਲੇ ਹੁੰਦੇ ਨਾ ਜਿਹੜੇ ਥੋੜ੍ਹੇ ਜਿਹੇ ਲਾਈਟ ਜਿਹੇ ਕਲਰ ਦੇ, ਅਸੀਂ ਉਹ ਖਾਂਦੇ ਹੈਗੇ ਹਾਂ, ਅਤੇ ਇਹ ਮੈਨੂੰ ਕੜਵੇ ਜਿਹੇ ਲੱਗਦੇ ਹੈਗੇ ਥੋੜ੍ਹੇ ਜਿਹੇ ਜੰਮੂ ਦੇ ਰਾਜਮਾਂਹ। ਹੁਣ ਪਾਣੀ ਪਾਤਾ ਹੋਇਆ, ਇਹ ਸਵੇਰੇ ਮੈਂ ਭਿਉਂਦੇ ਸੀਗੇ ਹੈ ਨਾ, ਅਤੇ ਫਿਰ ਮੈਂ ਕਿਹਾ ਚੱਲ ਪਹਿਲਾਂ ਇਹ ਕੰਮ ਕਰ ਲੈਂਦੀ ਹਾਂ ਹੈ ਨਾ, ਅਤੇ ਨਾਲ ਨਾਲ ਮਸਾਲਾ ਤਿਆਰ ਕਰ ਲੂੰਗੀ। ਨਹੀਂ ਤਾਂ ਮੈਂ ਸਬਜ਼ੀਆਂ ਤਾਂ ਵੈਸੇ ਲੈ ਲਈਆਂ ਸੀ, ਇਹ ਦੇਖੋ ਚਾਵਲ ਵੀ ਸਵੇਰੇ ਲੈ ਕੇ ਦੇ ਕੇ ਗਏ। ਮੈਂ ਕਿਹਾ ਦੁਪਹਿਰੇ ਟਾਈਮ 'ਤੇ ਖਾਣਾ ਤਾਂ ਮਿਲੂਗਾ, ਮੈਨੂੰ ਪਹਿਲਾਂ ਸਮਾਨ ਲਿਆ ਕੇ ਦਿਉ। ਅਤੇ ਕਹਿੰਦੇ ਨਾ ਸਮਾਨ ਨਾ ਲਿਆਓ ਤਾਂ ਹੈ ਨਾ, ਕਦੇ ਕੋਈ ਚੀਜ਼ ਖਤਮ ਕਦੇ ਕੋਈ ਚੀਜ਼ ਖਤਮ ਹੈ ਨਾ, ਗੇੜੇ ਆਪਣੇ ਵੱਖਰੇ ਲੱਗਣੇ ਸ਼ੁਰੂ ਹੋ ਜਾਂਦੇ। ਮੈਂ ਚਾਵਲਾਂ ਨੂੰ ਜ਼ਰੂਰ ਚੈੱਕ ਕਰਦੀ ਹੁੰਦੀ ਹਾਂ ਜਦੋਂ ਲਿਆਉਂਦੇ ਹੁੰਦੇ ਹਾਂ, ਅਤੇ ਇਹ ਅੱਧਾ ਅੱਧਾ ਕਿਲੋ ਦੀ ਪੈਕਿੰਗ ਹੈਗੀ ਹੈ ਹੈ ਨਾ, ਅਤੇ ਚਾਵਲਾਂ 'ਚ ਖੁਸ਼ਬੂ ਬਹੁਤ ਸੀ। ਪਰ ਕਹਿੰਦੇ ਨਾ ਚਾਵਲਾਂ ਦੇ ਵਿੱਚ ਵੀ ਹੈ ਨਾ ਕਈ ਵਰਾਇਟੀ ਹੁੰਦੀ ਹੈ ਨਾ, ਕੋਈ ਕਿਸੇ ਟਾਈਪ ਦੇ ਹੁੰਦੇ ਆ। ਇਹ ਬਾਸਮਤੀ ਕਹਿ ਕੇ ਲਿਆਉਂਦੇ ਹਾਂ ਅਸੀਂ, ਤਾਂ ਹੁਣ ਪਤਾ ਨਹੀਂ ਕਿਸ ਤਰ੍ਹਾਂ ਬਣਨਗੇ ਹੈ ਨਾ, ਅਤੇ ਮੈਂ ਤਾਂ ਖਾਧੇ ਵੀ ਨਹੀਂ ਹੈਗੇ, ਪਰ ਇਸ ਤਰ੍ਹਾਂ ਲੱਗ ਰਹੇ ਸੀ ਕਿ ਚਾਵਲ ਸਹੀ ਸੀਗੇ ਹੈ ਨਾ। ਚਾਵਲਾਂ ਨੂੰ ਧੋ ਕੇ ਥੋੜ੍ਹਾ ਜਿਹਾ ਭਿਉਂ ਕੇ ਰੱਖ ਦੂੰਗੀ ਮੈਂ, ਅਤੇ ਬਾਕੀ ਸਾਰਾ ਕੰਮ ਉਹ ਵੀ ਪਿਆ ਹੈਗਾ। ਅਤੇ ਸਵੇਰੇ ਸਵੇਰੇ ਨਾ ਸਾਰਿਆਂ ਤੋਂ ਸਾਰੇ ਕੰਮਾਂ ਨਾਲੋਂ ਜ਼ਿਆਦਾ ਰਸੋਈ ਦਾ ਕੰਮ ਹੁੰਦਾ ਹੈ, ਅਤੇ ਜਿੱਥੇ ਵੀ ਮਰਜ਼ੀ ਦੇਖ ਲਓ ਹੈ ਨਾ, ਇੱਕ ਵਾਰੀ ਸਾਡੀ ਰਸੋਈ ਦੇ ਵਿੱਚ ਹੈ ਨਾ ਸਾਰਾ ਸਮਾਨ ਉਥਲ ਪੁਥਲ ਹੁੰਦਾ। ਕਈ ਵਾਰ ਮੈਂ ਸੋਚਦੀ ਹਾਂ ਕਿ ਇੰਨਾ ਸਮਾਨ ਪਿਆ ਹੁੰਦਾ, ਅਤੇ ਅੱਜ ਨਾ ਦੇਖ ਲਓ ਪਿਆਜ਼ ਵੀ ਖਤਮ ਹੋ ਗਏ। ਤੁਸੀਂ ਕਹੋਗੇ ਰੋਜ਼ ਹੀ ਤੁਹਾਡੇ ਘਰੇ ਕੁਛ ਨਾ ਕੁਛ ਖਤਮ ਹੁੰਦਾ ਹੈ, ਕੀ ਕਰੀਏ ਭਾਈ, ਸਾਡੇ ਘਰੇ ਕੁਛ ਨਾ ਕੁਛ ਖਤਮ ਹੋ ਹੀ ਜਾਂਦਾ ਹੈਗਾ ਹੈ ਨਾ। ਅਤੇ ਜੋ ਖਤਮ ਹੁੰਦਾ ਉਹ ਤੁਹਾਨੂੰ ਮੈਂ ਦੱਸ ਦਿੰਦੀ ਹੁੰਦੀ, ਮੈਂ ਐਵੇਂ ਕਮਾਈ ਵੀ ਚੀਜ਼ ਪਈ ਹੈ ਹੋਵੇ ਹੈ ਨਾ ਹੈ ਨਾ, ਜਿਵੇਂ ਰੂਟੀਨ ਚੱਲੀ ਜਾਂਦੀ ਹੈ ਘਰ ਦੀ, ਜਿਵੇਂ ਹੋ ਰਿਹਾ ਹੈ ਨਾ ਦਿਨ ਚਾਰੇ ਦੇ ਵਿੱਚ, ਉਵੇਂ ਤੁਹਾਨੂੰ ਦੱਸਣਾ ਵੀ ਪਊਗਾ। ਅਤੇ ਇਹਦੇ ਕੋਲ ਭਿੰਡੀ ਲਈ, ਤੋਰੀ ਲਈ, ਖੀਰੇ ਲਏ, ਟਮਾਟਰ ਲਏ, ਟਮਾਟਰ ਭਾਈ ਅੱਜ 50 ਰੁਪਏ ਕਿਲੋ ਲਏ ਹੈ ਨਾ, ਅਤੇ ਤੋਰੀਆਂ 60 ਰੁਪਏ ਕਿਲੋ, ਭਿੰਡੀ 40 ਰੁਪਏ ਕਿਲੋ, ਤੁਸੀਂ ਤੁਹਾਨੂੰ ਇਹ ਰੇਟ ਦੱਸੀ ਜਾਂਦੀ ਹੈ। ਅਤੇ ਬਸ ਮੈਂ ਇਸ ਤਰ੍ਹਾਂ ਖਿੜਕੀ ਕੋਲੇ ਬਹਿ ਜਾਂਦੀ ਹੁੰਦੀ ਹਾਂ, ਅਤੇ ਕੱਪੜੇ ਧੋ ਲਏ ਹੈ ਨਾ, ਨਾਸ਼ਤਾ ਕਰ ਲਿਆ, ਰਾਜਮਾਂਹ ਮਤਲਬ ਉਬਲਨੇ ਧਰਤੇ, ਚਾਵਲ ਡਿਪ ਕਰਕੇ ਰੱਖਤੇ, ਇੰਨਾ ਮੈਂ ਕੰਮ ਕਰ ਲਿਆ ਸੀਗਾ। ਅਤੇ ਅੱਜ ਵੀ ਮਤਲਬ ਨਾ ਪਸੀਨੇ ਕਾਫੀ ਆ ਰਹੇ ਸੀਗੇ, ਪਰ ਇੰਨੇ ਨਹੀਂ ਆ ਰਹੇ ਸੀ ਜਿਵੇਂ ਹਾਏ ਹਾਏ ਬੰਦਾ ਕਹਿੰਦਾ ਗਰਮੀ ਹੈ ਹੈ ਨਾ। ਅਤੇ ਕਿਸੇ ਟਾਈਮ ਇਸ ਤਰ੍ਹਾਂ ਜਿਵੇਂ ਗਰਮੀ ਦੇ ਆਪਾਂ ਨੂੰ ਵਾਲੇ ਆਉਣ ਲੱਗ ਜਾਂਦੇ ਹੈ ਨਾ। ਅਤੇ ਪਤਾ ਕੀ ਹੈ, ਜਿਸ ਤਰ੍ਹਾਂ ਆਪਾਂ ਬੈਠ ਤਾਂ ਜਾਂਦੇ ਹਾਂ ਖਿੜਕੀ ਅੱਗੇ ਹੈ ਨਾ, ਅਤੇ ਆਉਂਦੇ ਜਾਂਦੇ ਵੀ ਦਿਸਦੇ ਆਪਾਂ ਨੂੰ ਹੈ ਨਾ, ਕੋਈ ਆਉਂਦਾ ਜਾਂਦਾ, ਅਤੇ ਅੰਦਰ ਅੰਦਰ ਬੈਠ ਕੇ ਬੰਦਾ ਪਰੇਸ਼ਾਨ ਹੋ ਜਾਂਦਾ। ਅੱਜ ਕੱਲ੍ਹ ਮੈਂ ਨਾ ਡਰਾਇੰਗ ਰੂਮ 'ਚ ਜ਼ਿਆਦਾ ਬੈਠਦੀ ਹਾਂ ਸਵੇਰ ਦੇ ਟਾਈਮ, ਅਤੇ ਸ਼ਾਮ ਨੂੰ ਤਾਂ ਨਹੀਂ ਬੈਠਦੀ, ਬਸ ਸਵੇਰੇ ਸਵੇਰੇ ਬੈਠ ਜਾਂਦੀ ਹਾਂ 12-1 ਵਜੇ ਤੱਕ 2 ਵਜੇ ਤੱਕ, ਜਿੰਨੀ ਦੇਰ ਆਪਣਾ ਰਸੋਈ ਦਾ ਕੰਮ ਨਹੀਂ ਹੁੰਦਾ ਹੈ ਨਾ, ਕਿਉਂਕਿ ਸਾਡੇ ਡਰਾਇੰਗ ਰੂਮ ਦੇ ਨਾਲ ਹੀ ਰਸੋਈ ਹੈਗੀ ਹੈ। ਹੁਣ ਆਪਾਂ ਲਸਣ, ਅਤੇ ਅੱਜ ਭਾਈ ਅਦਰਕ ਵਾਲਾ ਵੀ ਨਹੀਂ ਆਇਆ, ਮੈਂ ਸੋਚਿਆ ਸੀ ਅੱਜ ਮੈਂ ਨਾ ਅਦਰਕ ਪਾ ਕੇ ਹੀ ਰਹੂੰਗੀ ਰਾਜਮਾਂਹ ਦੇ ਵਿੱਚ, ਅਤੇ ਅੱਜ ਸਬਜ਼ੀ ਦੇ ਵਿੱਚ ਅਦਰਕ ਕਿਤੇ ਵੀ ਨਹੀਂ ਮੈਨੂੰ ਮਿਲਿਆ। ਟਮਾਟਰ 3 ਪਾਊਂਗੀ ਮੈਂ, ਅਤੇ ਦੇਖ ਲਓ ਜੀ ਮੈਂ ਗ੍ਰੇਵੀ ਫਟਾਫਟ ਤਿਆਰ ਕਰਦੀ, ਡੋਂਗੇ 'ਚ ਕੱਢਤੀ, ਅਤੇ ਫਰਾਈ ਪੈਨ ਦੇ ਵਿੱਚ ਤੁਸੀਂ ਦੇਖ ਲਓ ਮੈਂ ਇਸ ਤਰ੍ਹਾਂ ਚਾਵਲ ਰੱਖ ਦੂੰਗੀ ਹੈ ਨਾ। ਅਤੇ ਇਸ ਨਾਲ ਸਾਡੇ ਭਾਂਡੇ ਵੀ ਘੱਟ ਹੋਣਗੇ, ਭਾਂਡੇ ਬਹੁਤ ਜ਼ਿਆਦਾ। ਸ਼ੋਰਟ ਵੀਡੀਓ ਸਵੇਰੇ ਹੈ ਨਾ ਐਪਲ ਜੂਸ ਦੀ, ਐਪਲ ਸ਼ੇਕ ਦੀ ਪਾਈ ਸੀਗੀ, ਜੂਸ ਨਹੀਂ ਹੈ ਹੈ ਨਾ, ਦੁੱਧ ਪਿਆ ਹੋਇਆ। ਫਿਰ ਕਈ ਵਾਰ ਤੁਹਾਡੇ ਮੈਸੇਜ ਆਉਂਦੇ ਨਾ, ਫਿਰ ਹੀ ਮੈਨੂੰ ਪਤਾ ਚੱਲਦਾ, ਨਹੀਂ ਤਾਂ ਮੈਂ ਐਪਲ ਸ਼ੇਕ, ਐਪਲ ਜੂਸ,
ਇਸ ਤਰ੍ਹਾਂ ਮਤਲਬ ਨਾਮ ਲਿੱਤਾ ਜਾਂਦਾ ਹੈ ਨਾ, ਅਤੇ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਕੋਈ ਨਵੀਂ ਚੀਜ਼ ਟਰਾਈ ਕਰਦੇ ਹਾਂ ਨਾ, ਉਹਨੂੰ ਆਪਾਂ ਕੁਛ ਗਲਤ ਵੀ ਬੋਲ ਪੈਂਦੇ ਹੈਗੇ ਹਾਂ ਨਹੀਂ, ਅਤੇ ਬਾਕੀ ਤੁਸੀਂ ਤਾਂ ਸਾਡੇ ਕੋਲ ਵੀ ਸਿਆਣੇ ਹੋ, ਦੱਸ ਦਿਆ ਕਰੋ ਠੀਕ ਹੈ। ਵਲੋਗ ਦੇ ਵਿੱਚ ਅਗਰ ਕੁਛ ਵੀ ਇਸ ਤਰ੍ਹਾਂ ਦੀ ਗੱਲ ਬੋਲੀ ਗਈ ਹੋਵੇ, ਹੁਣ ਜਿਵੇਂ ਹੈ ਨਾ ਮਨਜੀਤ ਜੀ ਦਾ ਮੈਸੇਜ ਆਇਆ ਸੀ, ਮੈਂ ਮੰਨਤ ਰੋਹਿਲਾ ਦੇ ਨਾਮ 'ਤੇ ਹੀ ਹੈ ਨਾ ਮੈਨੂੰ ਯਾਦ ਆਉਂਦਾ ਨਾਮ, ਅਤੇ ਉਹ ਉਹਨਾਂ ਦੀ ਬੇਟੀ ਦਾ ਨਾਮ ਹੈ ਨਾ, ਇਹ ਇਹਨਾਂ ਦੀ ਬੇਟੀ ਦਾ ਨਾਮ ਹੈ ਮੰਨਤ ਰੋਹਿਲਾ ਹੈ ਨਾ ਮੰਨਤ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਗੂੰਦ ਕਤੀਰਾ ਹੈ ਨਾ ਜ਼ਰੂਰ ਖਾਓ, ਸਵੇਰੇ ਤਾਂ ਨਹੀਂ ਮੈਂ ਡੇਰ ਖਾ ਸਕਦੀ, ਪਰ ਮੈਂ ਹੁਣ ਤੁਹਾਡੇ ਕਹਿਣ 'ਤੇ ਦੇਖ ਲਓ ਰਾਤ ਨੂੰ ਭਿਉਂਦਾ ਸੀਗਾ, ਅਤੇ ਹੁਣ ਮੈਂ ਸਵੇਰੇ ਖਾ ਰਹੀ ਹੈਗੀ ਹਾਂ ਗੂੰਦ ਕਤੀਰਾ ਆਰਾਮ ਨਾਲ ਹੈ ਨਾ, ਸਬਜ਼ੀ ਰੱਖ ਕੇ, ਸਬਜ਼ੀ ਦੀ ਗ੍ਰੇਵੀ ਬਣਾ ਕੇ, ਚਾਵਲ ਰੱਖ ਕੇ ਅਤੇ ਕੁੱਕਰ ਦੇ ਵਿੱਚ ਰਾਜਮਾਂਹ ਰੱਖ ਕੇ ਫਟਾਫਟ ਸਭ ਤੋਂ ਪਹਿਲਾਂ ਮੈਂ ਖਾਊਂਗੀ ਗੂੰਦ ਕਤੀਰਾ ਹੈ ਨਾ, ਥੋੜ੍ਹਾ ਥੋੜ੍ਹਾ ਆਪਦਾ ਵੀ ਧਿਆਨ ਰੱਖੂੰਗੀ। ਹੁਣ ਦੇਖ ਲਓ ਇਹ ਮੈਂ ਨਾ ਖੇਸ ਵਿਛਾਏ ਹੈ, ਗੱਦਿਆਂ ਨੂੰ ਢੱਕਿਆ ਹੈਗਾ, ਕਹਿਣ ਦਾ ਇਹ ਮਤਲਬ ਹੈ ਕਿਉਂਕਿ ਤੁਹਾਨੂੰ ਕੀ ਪਤਾ ਹੋਊਗਾ ਹੈ ਨਾ ਕਿ ਕਿਉਂ ਖੇਸ ਵਿਛਾਏ ਆ ਹੈ ਨਾ, ਅਤੇ ਮੈਂ ਦੋ ਖੇਸ ਵਿਛਾਏ ਆ ਇੱਥੇ, ਅਤੇ ਪਹਿਲਾਂ ਸੀ ਜਿਵੇਂ ਉੱਤੇ ਲੈਂਦੇ ਸੀ, ਹੁਣ ਅੱਜ ਕੱਲ੍ਹ ਕੌਣ ਲੈਂਦਾ ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਪਰੌਂਠੀ ਬਣਾਈ ਮੈਂ ਆਪਣੇ ਬੇਟੇ ਵਾਸਤੇ ਹੈ ਨਾ, ਅਤੇ ਮੈਂ ਵੀ ਅੱਧੀ ਕੁ ਬਸ ਇੱਕ ਪਤਲਾ ਜਿਹਾ ਫੁਲਕਾ ਬਣਾ ਕੇ ਖਾਧਾ, ਅਤੇ ਮਿੱਠੂ ਦੇਖ ਲਓ ਹੈ ਨਾ ਕਿੰਨੇ ਆਰਾਮ ਨਾਲ ਬੈਠਾ ਪਿਆ, ਸੱਚ ਆਰਾਮ ਆ ਗਿਆ ਇਹਨੂੰ ਵੀ ਨਹਾ ਕੇ ਹੈ ਨਾ, ਅਤੇ ਨਹਾ ਕੇ ਤਾਂ ਫਿਰ ਵੀ ਆਰਾਮ ਆ ਜਾਂਦਾ, 20-25 ਦਿਨ ਨਹੀਂ ਹੋ ਗਏ ਮੈਨੂੰ ਲੱਗਦਾ, 15 ਦਿਨ ਨਹੀਂ ਹੋਏ, ਅਤੇ ਹੁਣ ਬਸ ਥੋੜ੍ਹੀ ਬਹੁਤੀ ਆਪਾਂ ਗੱਲ ਕਰਦੇ ਹਾਂ ਠੀਕ ਹੈ, ਫਿਰ ਤੁਹਾਨੂੰ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ, ਕਿਵੇਂ ਹੋ ਤੁਸੀਂ ਸਾਰੇ ਜਾਣੇ, ਅਤੇ ਹੁਣੇ ਮੈਂ ਸ਼ੋਰਟ ਵੀਡੀਓ ਪਾ ਕੇ ਹਟੀਆਂ, 4-5 ਮੈਂ ਬਣਾ ਦੀਆਂ, ਤਿਆਰ ਹੋਈ ਸੀ, ਅਤੇ ਮੈਂ ਕਿਹਾ ਉਸ ਤਰ੍ਹਾਂ ਹੀ ਆਪਾਂ ਵਲੋਗ ਅੱਜ ਸ਼ੁਰੂ ਕਰ ਦਿੰਦੇ ਹਾਂ, ਵਲੋਗ ਤਾਂ ਕਰਦਾ ਹੀ ਸ਼ੁਰੂ ਹੈਗਾ ਹੈ ਨਾ, ਅਤੇ ਬਸ ਐਡਿਟ ਕਰਨ ਵਾਲਾ ਹਜੇ ਸ਼ਾਮ ਨੂੰ ਤੁਹਾਡੇ ਤੱਕ ਪਹੁੰਚਣ ਵਾਲਾ ਹੈ ਨਾ, ਅਤੇ ਮੈਂ ਸੋਚਿਆ ਇਸ ਤਰ੍ਹਾਂ ਹੀ ਝੁੰਮਕੇ ਝਮਕੇ ਬਾਅਦ 'ਚੋਂ ਲਊਂਗੀ, ਪਹਿਲਾਂ ਤੁਹਾਡੇ ਨਾਲ ਗੱਲ ਕਰਨਾ ਠੀਕ ਹੈ, ਸ਼ੋਰਟ ਵੀਡੀਓ ਕਿੱਦਾਂ ਲੱਗਦੀਆਂ ਜ਼ਰੂਰ ਦੱਸਿਆ ਕਰੋ ਠੀਕ ਹੈ। ਅਤੇ ਅੱਜ ਜਿਸ ਤਰ੍ਹਾਂ ਤੁਸੀਂ ਸਵੇਰ ਦੀ ਹੈ ਨਾ ਰੂਟੀਨ ਦੇਖੀ ਹੈ, ਅਤੇ ਉਹ ਕਹਿੰਦੇ ਨਾ ਕਿਸੇ ਟਾਈਮ ਸਾਨੂੰ ਆਪਣੀ ਹੈਲਥ ਦੀ ਨਹੀਂ ਸਮਝ ਆਉਂਦੀ, ਪਰ ਕਹਿੰਦੇ ਨਾ ਜਦੋਂ ਸਮਝ ਆ ਜਾਂਦੀ ਹੈ ਫਿਰ ਅਸੀਂ ਉਹ ਪ੍ਰੋਬਲਮ ਨੂੰ ਪਕੜ ਲੈਂਦੇ ਹੈਗੇ ਹਾਂ ਹੈ ਨਾ, ਅਤੇ ਲਗਾਤਾਰ ਦਵਾਈ ਨਾ ਖਾਣ ਨਾਲ ਮੇਰੀ ਹੈਲਥ ਖਰਾਬ ਹੋ ਜਾਂਦੀ ਹੈ, ਜ਼ਿਆਦਾ ਖੇਚਲ ਕਰਨ ਨਾਲ ਹੋ ਜਾਂਦੀ ਹੈ ਨਾ, ਜਿਸ ਤਰ੍ਹਾਂ ਮੈਸੇਜ ਆਇਆ ਸੀਗਾ ਮਨਜੀਤ ਜੀ ਦਾ ਕਿ ਜ਼ਿਆਦਾ ਐਕਸਟਰਾ ਹੈ ਨਾ ਜ਼ਿਆਦਾ ਆਪਾਂ ਖਾ ਲੈਂਦੇ ਉਸ ਟਾਈਮ ਵੀ ਤਬੀਅਤ ਸਾਡੀ ਖਰਾਬ ਹੋ ਜਾਂਦੀ ਹੈ, ਸੋ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ, ਮੈਨੂੰ ਪਤਾ ਨਹੀਂ ਚੱਲਦਾ ਮੈਂ ਕੁਛ ਨਾ ਕੁਛ ਖਾ ਹੀ ਜਾਂਦੀ ਹੈਗੀ ਹਾਂ, ਜਦੋਂ ਸਵਾਦ ਲੱਗਦਾ ਨਾ ਫਿਰ ਦੇਖਦੀ ਨਹੀਂ ਹੈ ਨਾ, ਕਿਉਂਕਿ ਸਾਡੀ ਜਿਹੜੀ ਵੀਕਨੈਸ ਹੈ ਨਾ ਅਤੇ ਉਹ ਸਾਨੂੰ ਪਾਗਲ ਕਰ ਦਿੰਦੀ ਹੈ, ਪਤਾ ਵੀ ਨਹੀਂ ਚੱਲਦਾ ਹੈਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈਗਾ ਹੈ ਨਾ, ਅਤੇ ਕਹਿੰਦੇ ਨਾ ਆਪਣਾ ਧਿਆਨ ਰੱਖਣਾ ਸਾਡੀ ਖੁਦ ਦੀ ਜ਼ਿੰਮੇਵਾਰੀ ਹੈ, ਅਤੇ ਛੋਟੀਆਂ ਛੋਟੀਆਂ ਕਈ ਗੱਲਾਂ ਹੈਗੀਆਂ ਜਿਹੜੀਆਂ ਮੈਂ ਕਰਨਾ ਚਾਹੁੰਦੀ ਹਾਂ, ਪਰ ਹੁਣ ਮੈਂ ਇਹ ਸੋਚਦੀ ਹਾਂ ਨਾ ਵਲੌਗ ਜ਼ਿਆਦਾ ਵੱਡਾ ਹੋ ਜੂਗਾ, ਕਿਸੇ ਟਾਈਮ ਮੈਂ ਮਤਲਬ ਕੁਛ ਹੋਰ ਟਾਈਪ ਦੀਆਂ ਗੱਲਾਂ ਕਰਨਾ ਚਾਹੁੰਦੀ ਹੁੰਦੀ ਹਾਂ ਤੁਹਾਡੇ ਨਾਲ, ਮੈਂ ਕਿਹਾ ਕੁਛ ਦੱਸਾਂ ਹੈ ਨਾ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਦੱਸਾਂ ਜਿਹੜੀਆਂ ਸਾਡੀਆਂ ਹੈ ਨਾ ਲੇਡੀਜ਼ ਦੇ ਕੰਮ ਹਨ, ਤੁਸੀਂ ਕਹੋਗੇ ਪਹਿਲਾਂ ਆਪਣੇ ਆਪ ਨੂੰ ਤਾਂ ਸੰਭਾਲ ਲੈ, ਨਹੀਂ ਨਹੀਂ ਐਸਾ ਕੁਛ ਨਹੀਂ ਹੈ, ਮੈਂ ਆਪਣੇ ਆਪ ਨੂੰ ਸੰਭਾਲਦੀ ਹਾਂ, ਮੈਂ ਆਪਣੀ ਗਲਤੀ ਕਰਕੇ ਬਿਮਾਰ ਹੋ ਜਾਂਦੀ ਹਾਂ, ਆਪਣੀ ਹੈਲਥ ਕੰਨੀ ਮੈਂ ਨਹੀਂ ਧਿਆਨ ਦਿੰਦੀ ਹੈਗੀ ਹੈ ਨਾ, ਅਤੇ ਜਿਸ ਤਰ੍ਹਾਂ ਸਾਨੂੰ ਹੈਲਥ ਦੀ ਹੈ ਨਾ ਜਿਹੜੀ ਜ਼ਿੰਮੇਵਾਰੀ ਹੈ ਹੈ ਨਾ ਇਹ ਸਾਡੀ ਖੁਦ ਦੀ ਹੈਗੀ ਹੈ, ਅਤੇ ਸਾਨੂੰ ਖੁਦ ਹੀ ਆਪਣੀ ਹੈਲਥ ਦਾ ਧਿਆਨ ਰੱਖਣਾ ਚਾਹੀਦਾ ਹੈਗਾ, ਅਤੇ ਬਾਕੀ ਗੱਲਾਂ ਬਾਅਦ 'ਚੋਂ ਕਰਾਂਗੇ ਠੀਕ ਹੈ, ਹੁਣ ਹਜੇ ਤੱਕ ਕੋਈ ਆਇਆ ਹੀ ਨਹੀਂ ਹੈਗਾ ਹੈ ਨਾ, ਅਤੇ ਰੋਟੀ ਤਾਂ ਹੀ ਬਣਾਵਾਂ, ਰਾਜਮਾਂਹ ਬਣੇ ਪਏ, ਚਾਵਲ ਬਣੇ ਪਏ ਆ, ਮੈਨੂੰ ਹਜੇ ਭੁੱਖ ਨਹੀਂ ਹੈਗੀ, ਬਸ ਹੁਣ ਬਾਹਰੋਂ ਕੱਪੜੇ ਉਲਟਾਊਂਗੀ ਪਲਟਾਊਂਗੀ ਫਿਰ ਕਿਤੇ ਜਾ ਕੇ ਹੈ ਨਾ ਰੋਟੀ ਬਣਾਊਂਗੀ, ਨਹਾ ਧੋ ਕੇ ਮੈਂ ਥੋੜ੍ਹੇ ਜਿਹੇ ਰਾਜਮਾਂਹ ਚਾਵਲ, ਮੈਂ ਇੱਕ ਚੀਜ਼ ਦੇਖੀ ਹੈ ਜਿਸ ਤਰ੍ਹਾਂ ਮਤਲਬ
ਹੁਣ ਜਿਵੇਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਮੈਂ ਹੁਣ ਕੁਛ ਖਾਂਦੀ ਹਾਂ ਤਾਂ ਮੈਂ ਠੀਕ ਰਹਿੰਦੀ ਹਾਂ। ਅਗਰ ਮੈਂ ਇੱਕੋ ਵਾਰੀ ਸਾਰਾ ਕੁਛ ਖਾ ਲੈਂਦੀ ਹਾਂ ਹੈ ਨਾ, ਉਹ ਵੀ ਤੁਹਾਡੇ ਵਾਲੀ ਗੱਲ, ਅਤੇ ਉਹ ਮੈਨੂੰ ਹਜ਼ਮ ਨਹੀਂ ਆਉਂਦਾ। ਥੋੜ੍ਹੀ ਥੋੜ੍ਹੀ ਚੀਜ਼ ਮੈਂ ਖਾਂਦੀ ਹਾਂ, ਸਵੇਰੇ ਪਰਾਂਠੀ ਲਈ ਹੈ ਨਾ, ਪਰਾਂਠੀ ਨਹੀਂ ਉੱਪਰ ਘਿਓ ਲਗਾਉਂਦੀ ਮੈਂ, ਉਸ ਤੋਂ ਬਾਅਦ ਹੈ ਨਾ ਥੋੜ੍ਹੀ ਦੇਰ ਤੱਕ ਮੈਂ ਦੂਧ ਗਤੀਰਾ ਖਾਇਆ ਕੰਮ ਕੁੰਮ ਕਰਨ ਤੋਂ ਬਾਅਦ ਹੈ ਨਾ, ਫਿਰ ਉਸ ਤੋਂ ਬਾਅਦ ਮੈਂ ਕੀ ਖਾਇਆ, ਹਾਂ ਇੱਕ ਛੋਟੀ ਜਿਹੀ ਰੋਟੀ ਬਣਾ ਕੇ ਖਾਧੀ, ਅਤੇ ਮੈਂ ਆਪਣੇ ਬੇਟੇ ਨੂੰ ਬਣਾ ਕੇ ਦਿੱਤੀ ਸੀ, ਉਹੀ ਮੈਂ ਇੱਕ ਰੋਟੀ ਆਪਦੀ ਲਾ ਲਈ। ਹੁਣ ਹਜੇ ਤੱਕ ਭੁੱਖ ਨਹੀਂ ਲੱਗੀ ਹੈ ਨਾ, ਹੁਣ ਫਿਰ 4-5 ਸ਼ੋਰਟ ਵੀਡੀਓ ਪਾ ਦੀਆਂ, ਹੁਣ ਫਿਰ ਸਿਰ ਘੁੰਮਣ ਲੱਗ ਗਿਆ, ਹੁਣ ਬੈਠ ਜੂੰਗੀ ਮੈਂ ਅਤੇ ਕੱਪੜੇ ਤਹਿ ਮਾਰੂੰਗੀ, ਅਤੇ ਅੱਗੇ ਵਾਲਾ ਜਿਹੜਾ ਕੰਮ ਥੋੜ੍ਹਾ ਬਹੁਤਾ ਕਰੂੰਗੀ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ, ਠੀਕ ਹੈ? ਅਤੇ ਨਹੀਂ ਤਾਂ ਇਸ ਵਲੋਗ ਦਾ ਪਿੰਡ ਇੱਥੇ ਕਰ ਦਾਂਗੇ, ਠੀਕ ਹੈ? ਕੱਲ੍ਹ ਨੂੰ ਫਿਰ ਮਿਲਾਂਗੇ ਅੱਜ ਦੀ ਸ਼ੋਰਟ ਵੀਡੀਓ ਹੈ ਨਾ, ਅਤੇ ਅੱਜ ਜਿਵੇਂ ਮੈਂ ਤਿਆਰ ਹੋਈ ਹਾਂ ਕਿਵੇਂ ਲੱਗਿਆ ਤੁਹਾਨੂੰ ਜ਼ਰੂਰ ਦੱਸਿਓ, ਠੀਕ ਹੈ? ਅਤੇ ਲਿਪਸਟਿਕ ਲਗਾ ਤਾਂ ਲੈਂਦੀ ਹਾਂ ਮੈਂ, ਪਰ ਕਹਿੰਦੇ ਨਾ ਕਿਸੇ ਕਿਸੇ ਟਾਈਮ ਹੈ ਨਾ ਇਹ ਚੀਜ਼ ਵੀ ਮੈਨੂੰ ਖਰਾਬ ਕਰਨ ਲੱਗ ਜਾਂਦੀ ਹੈ, ਸੋ ਐਲਰਜੀ ਦੀ ਗੋਲੀ ਖਾਧੀ ਹੋਈ ਹੈ, ਇਹਦਾ ਇਹ ਕਹਿਣ ਦਾ ਮਤਲਬ ਹੈ ਤਾਂ ਮੈਂ ਲਿਪਸਟਿਕ ਲਾ ਲਈ, ਠੀਕ ਹੈ? ਮੈਨੂੰ ਖੁਦ ਨੂੰ ਅੱਛਾ ਲੱਗਦਾ ਤਿਆਰ ਹੋਣਾ, ਤਿਆਰ ਹੋ ਕੇ ਰਹਿਣਾ, ਠੀਕ ਹੈ? ਅਤੇ ਓਕੇ ਜੀ, ਹੁਣ ਅਗਲਾ ਕੰਮ ਸ਼ੁਰੂ ਕਰਦੇ ਹਾਂ, ਜਿਵੇਂ ਤੁਹਾਨੂੰ ਦੱਸਿਆ ਅਗਰ ਨਹੀਂ ਕੀਤਾ ਤਾਂ ਵਲੋਗ ਇੱਥੇ ਖਤਮ ਕਰ ਦਾਂਗੇ, ਠੀਕ ਹੈ? ਅਤੇ ਚਲੋ ਹੁਣ ਮੈਂ ਥੋੜ੍ਹੀ ਦੇਰ ਰੈਸਟ ਲਵਾਂ, ਰੈਸਟ ਲੈਣ ਤੋਂ ਬਾਅਦ ਕੁਛ ਖਾਊਂਗੀ, ਕਿਉਂਕਿ ਕੰਬਲ ਲੱਗ ਗਏ ਹੱਥ ਵੀ ਪੈਰ ਵੀ। ਥੋੜ੍ਹੀ ਦੇਰ ਬੈਠ ਕੇ ਸਕੂਨ ਨਾਲ ਆਪਣੀ ਵੀਡੀਓ ਦੇਖਦੀ ਹਾਂ ਵੀ ਸਹੀ ਬਣੀ ਹੈ ਨਾ, ਵੈਸੇ ਮੈਂ ਚੈੱਕ ਕਰਕੇ ਪਾਉਂਦੀ ਹੁੰਦੀ ਹਾਂ। ਚਲੋ ਜੀ ਮੈਂ ਚੈੱਕ ਕਰਦੀ ਹਾਂ, ਤੁਸੀਂ ਉਹਨੀ ਦੇਰ ਵਲੋਗ ਦੇਖੋ, ਠੀਕ ਹੈ? ਹੁਣੇ ਆ ਗਏ ਸੀਗੇ ਅਤੇ ਮੈਂ ਕਿਚਨ ਦੇ ਵਿੱਚ ਆ ਗਈ ਸੀ ਹੈ ਨਾ, ਅਤੇ ਇਹਨਾਂ ਨੇ ਨਹੀਂ ਖਾਣੇ ਰਾਜਮਾਂਹ ਚਾਵਲ, ਅਤੇ ਇਹਨਾਂ ਵਾਸਤੇ ਮੈਂ ਥੋੜ੍ਹੀ ਜਿਹੀ ਸਬਜ਼ੀ ਪਈ ਸੀ ਹੈ ਨਾ, ਇਹਨਾਂ ਦੇ ਮਨਪਸੰਦ ਦੀ ਤੁਸੀਂ ਸਮਝ ਗਏ ਹੋਵੋਗੇ, ਅਤੇ ਉਹ ਮੈਂ ਗਰਮ ਕਰ ਰਹੀ ਹਾਂ, ਇਹ ਉਹਦੇ ਨਾਲ ਹੀ ਖਾਣਗੇ, ਠੀਕ ਹੈ? ਅਤੇ ਇਹਨਾਂ ਦੀ ਪਲੇਟ ਨਹੀਂ ਦਿਖਾਊਂਗੀ ਮੈਂ, ਠੀਕ ਹੈ? ਅਤੇ ਉਹ ਅਲੱਗ ਪਲੇਟ ਲਗਾਊਂਗੀ ਜਿਹੜੀ ਤੁਹਾਨੂੰ ਦਿਖਾਊਂਗੀ ਔਰ ਖਵਾਊਂਗੀ, ਠੀਕ ਹੈ? ਅਤੇ ਫਟਾਫਟ ਬਸ ਕਹਿੰਦੇ ਨਾ ਰੋਟੀ ਬਣਾ ਦੇ, ਮੈਨੂੰ ਭੁੱਖ ਲੱਗੀ, ਮੈਂ ਕਿਹਾ ਚਲੋ ਠੀਕ ਹੈ, ਕੱਲ੍ਹ ਤਾਂ ਇਹਨਾਂ ਨੇ ਬਾਹਰ ਖਾ ਲਈ ਸੀ, ਮੈਨੂੰ ਕਹਿੰਦੇ ਰੋਜ਼ ਰੋਜ਼ ਨਹੀਂ ਹਜ਼ਮ ਆਉਂਦੀ, ਅਤੇ ਮੈਂ ਫਟਾਫਟ ਘਰ ਆ ਗਿਆ, ਨਾਲੇ ਅਸੀਂ ਕਿਤੇ ਜਾਣਾ ਸੀਗਾ ਹੈ ਨਾ, ਅਤੇ ਮੈਂ ਤਾਂ ਤਿਆਰ ਹੀ ਬੈਠੀ ਸੀ, ਸ਼ੋਰਟ ਵੀਡੀਓ ਵੀ ਪਾਤੀਆਂ ਸੀ, ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਹਾਂ ਨਾ, ਮੈਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਕੁਛ ਖਾਂਦੀ ਹਾਂ ਨਾ, ਫਿਰ ਮੇਰੀ ਬੋਡੀ ਠੀਕ ਰਹਿੰਦੀ ਹੈਗੀ ਹੈ, ਅਤੇ ਅਗਰ ਮੈਂ ਥੋੜ੍ਹੀ ਦੇਰ ਵੀ ਹੈ ਨਾ ਆਪਣੇ ਆਪ ਨੂੰ ਜਿਸ ਤਰ੍ਹਾਂ ਭੁੱਖ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ, ਫਿਰ ਮੇਰੀ ਨਾਲ ਦੀ ਨਾਲ ਹੀ ਬੋਡੀ ਕੰਬਣ ਲੱਗ ਜਾਂਦੀ ਹੈਗੀ ਹੈ, ਅਤੇ ਆਇਰਨ ਦੀ ਗੋਲੀ ਮੈਂ ਡੇਲੀ ਹੁਣ ਲੈ ਰਹੀ ਹਾਂ, 2 ਦਿਨ ਹੀ ਹੋ ਗਏ, ਡੇਲੀ ਕੀ ਹੋ ਗਿਆ, 2 ਦਿਨ ਹੋ ਗਏ, ਅਤੇ ਅੱਜ ਮੈਨੂੰ ਮਤਲਬ ਆਪਣੇ ਆਪ ਨੂੰ ਫਰਕ ਲੱਗ ਰਿਹਾ ਹੈਗਾ, ਅਤੇ ਮੈਨੂੰ ਬਸ ਘਬਰਾਹਟ ਵੀ ਹੋਣ ਲੱਗ ਜਾਂਦੀ ਹੈ, ਜਿਸ ਦਵਾਈ ਤੋਂ ਲਗਾਤਾਰ ਲੈਣ ਨੂੰ ਘਬਰਾਹਟ ਹੋਵੇ ਫਿਰ ਮੈਂ ਛੱਡ ਦਿੰਦੀ ਹੁੰਦੀ ਹਾਂ, ਅਤੇ ਇਸ ਟਾਈਮ ਬਸ ਮੈਨੂੰ ਗਰਮੀ ਲੱਗ ਰਹੀ ਸੀ ਕਿਉਂਕਿ ਸੂਟ ਮੇਰਾ ਨਾ ਲਾਈਨਿੰਗ ਵਾਲਾ, ਵੈਸੇ ਤਾਂ ਦੁਪੱਟੇ ਵਾਂਗੂ ਹੈ ਸੂਟ ਪਤਲਾ ਜਾ, ਅਤੇ ਪਰ ਫਿਰ ਵੀ ਨਾ ਲਾਈਨਿੰਗ ਲੱਗੀ ਹੋਈ ਹੈ, ਅਤੇ ਗਰਮੀ ਤਾਂ ਆਉਂਦੀ ਹੀ ਹੈ ਹੈ ਨਾ, ਅਤੇ ਪਤਲੇ ਸੂਟ ਹੁਣ ਨਾ ਜਿਵੇਂ ਘਸ ਜੇ ਗਏ ਹੈ ਨਾ, ਪਾਏ ਨਹੀਂ ਜਾਂਦੇ ਹੈਗੇ, ਅਤੇ ਇਸ ਤਰ੍ਹਾਂ ਲੱਗਦੇ ਵੀ ਬਾਹਲੇ ਪੁਰਾਣੇ ਪਾਏ ਹੁੰਦੇ ਆ ਹੈ ਨਾ, ਅਤੇ ਪਤਾ ਕੀ ਹੈ ਘਰੇ ਤਾਂ ਆਪਾਂ ਹੁਣ ਮੈਂ ਘਰੇ ਵੀ ਨਹੀਂ ਪਾ ਸਕਦੀ, ਮੈਂ ਤੁਹਾਨੂੰ ਦੱਸਾਂ ਗੱਲ, ਬਸ ਦਿਨ ਦੇ ਵਿੱਚ ਉਹੀ ਕੱਪੜੇ ਆਪਾਂ ਪਾਉਂਦੇ ਹਾਂ ਜਿਹੜੇ ਹੈ ਨਾ ਸਾਰਾ ਦਿਨ ਚੱਲ ਜਾਣ, ਹੁਣ ਮੇਰੇ ਤੋਂ ਵਾਰ ਵਾਰ ਤਾਂ ਨਹੀਂ ਬਦਲੇ ਜਾਂਦੇ, ਹੁਣ ਜਿਵੇਂ ਇਹਨਾਂ ਦੇ ਨਾਲ ਜਾਣਾ ਕਿਤੇ ਹੈ ਨਾ, ਅਤੇ ਇਹ ਮੇਰੀ ਨਾ ਇਹ ਸੱਜੀ ਬਾਂਹ ਦੇ ਵਿੱਚ ਇੰਨਾ ਦਰਦ ਹੁੰਦਾ, ਸ਼ੋਲਡਰ ਦੇ ਵਿੱਚ ਨਾ ਇੰਨਾ ਦਰਦ ਹੁੰਦਾ ਬਹੁਤ ਜ਼ਿਆਦਾ, ਮੈਨੂੰ ਲੱਗਦਾ ਸ਼ਾਇਦ ਥੋੜ੍ਹਾ ਜਿਹਾ ਸਰਵਾਈਕਲ ਮੇਰਾ ਹੈਗਾ ਹੈ ਨਾ, ਅਤੇ ਉਹਦੇ ਕਰਕੇ ਬਾਂਹ ਦਰਦ ਹੋ ਰਹੀ ਹੈ, ਆਪਣੇ ਆਪ ਤੁਸੀਂ ਕਹੋਗੇ ਆਈਡੀ ਲਗਾ ਕੇ ਦੱਸ ਦਿੰਦੇ ਕੀ ਕਰੀਏ ਹੈ ਨਾ, ਅਤੇ ਜਿਵੇਂ ਸਮਝ ਆਉਂਦੀ ਹੈ ਅਤੇ ਉਵੇਂ ਮੈਂ ਤੁਹਾਨੂੰ ਦੱਸ ਦਿੰਦੀ ਹੈਗੀ ਹਾਂ, ਅਤੇ ਹੁਣ ਬਸ ਤੁਸੀਂ ਆ ਜਾਓ ਫਟਾਫਟ, ਪਲੇਟ ਲੱਗ ਚੁੱਕੀ ਹੈ, ਨਹੀਂ ਆਉਣਾ ਚਲੋ ਕੋਈ ਗੱਲ ਨਹੀਂ, ਫਿਰ ਪਲੇਟ ਤੁਹਾਡੇ ਵਾਸਤੇ ਲਗਾ ਦਿੰਦੇ ਹਾਂ, ਲਓ ਜੀ ਤੁਹਾਡੇ ਵਾਸਤੇ ਪਲੇਟ ਲਗਾ ਤੀ ਫਟਾਫਟ, ਮੈਂ ਰਾਜਮਾਂਹ ਦੇਖ ਲਓ ਹੈ ਨਾ, ਅਤੇ ਚਾਵਲ ਹੈ ਨਾਲ ਮਿਰਚ ਦਾ ਔਰ ਨਿੰਬੂ ਦਾ ਚਾਰ ਹੈ, ਅਤੇ ਮਿੱਠਾ ਨਾ ਮੈਂ ਕੁਛ ਥਾਲੀ ਦੇ ਵਿੱਚ ਨਹੀਂ ਰੱਖਦੀ ਹੈ ਨਾ, ਮਿੱਠਾ ਬਾਅਦ 'ਚੋਂ ਹੀ ਅੱਛਾ ਲੱਗਦਾ, ਨਹੀਂ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਆ ਕਰੋ, ਠੀਕ ਹੈ? ਹੁਣ ਟਾਈਮ ਹੋ ਚੁੱਕਿਆ ਜੀ ਦੇਖ ਲਓ 5 ਵਜੇ ਦਾ ਹੈ ਨਾ, ਅਤੇ ਮੈਂ ਹੁਣ ਪਹਿਲਾਂ ਸਭ ਤੋਂ ਪਹਿਲਾਂ ਕੱਪੜੇ ਚੱਕੂੰਗੀ, ਕੱਪੜੇ ਚੱਕਣ ਤੋਂ ਬਾਅਦ ਕੱਪੜੇ ਚੱਕੂੰਗੀ ਨਹੀਂ ਪਹਿਲਾਂ ਮੈਂ ਚਾਹ ਪੀਊਂਗੀ।
ਇੱਕ ਵਧੀਆ ਜਿਹਾ ਕੱਪ ਚਾਹ ਦਾ ਬਣਾ ਕੇ ਪੀਊਂਗੀ ਅਤੇ ਥੋੜ੍ਹੇ ਜਿਹੇ ਮੈਂ ਹੁਣ ਖਾਏ ਸੀ ਰਾਜਮਾਂਹ ਚਾਵਲ ਅਤੇ ਹੁਣ ਮੈਂ ਚਾਹ ਦਾ ਕੱਪ ਪੀਊਂਗੀ ਫਿਰ ਸਾਰੇ ਕੱਪੜੇ ਚੱਕੂੰਗੀ ਬਹੁਤ ਸਾਰੇ ਕੱਪੜੇ ਹੈ ਸੰਭਾਲਣ ਲੱਗੇ ਖੂਬ ਐਨਰਜੀ ਚਾਹੀਦੀ ਹੈ ਸੋ ਅੱਧਾ ਕੁ ਕੱਪ ਚਾਹ ਦਾ ਆਪਦੇ ਮਨਪਸੰਦ ਦਾ ਪੀਂਦੇ ਹਾਂ ਚਲੋ ਚੱਲੀਏ ਕਿਚਨ 'ਚ ਆ ਜਾਓ ਫਟਾਫਟ ਆ ਜਾਓ ਹੁਣ ਫਟਾਫਟ ਤੁਸੀਂ ਆ ਜਾਓ ਪੀ ਲਈਏ ਚਾਹ ਫਟਾਫਟ ਫਿਰ ਸਪੀਟਾਂ 'ਤੇ ਕਰਾਂਗੇ ਕੰਮ ਹੈ ਨਾ ਅਤੇ ਮੇਰੀ ਵੀ ਐਨਰਜੀ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਮੈਂ ਸਵੇਰ ਦੀ ਲੱਗਦੀ ਹਾਂ ਹੈ ਨਾ ਕੰਮ ਕਰਨ ਵਾਸਤੇ ਅਤੇ ਕਹਿੰਦੇ ਨਾ ਜਿਸ ਤਰ੍ਹਾਂ ਕੱਲ੍ਹ ਤੁਸੀਂ ਦੇਖਿਆ ਸੀ ਹੈ ਨਾ ਕੈਮਰੇ ਸਾਹਮਣੇ ਆਉਣ ਨੂੰ ਜੀ ਨਹੀਂ ਸੀ ਕਰਦਾ ਅਤੇ ਅੱਜ ਫਟਾਫਟ ਕੈਮਰਾ ਔਨ ਕਰੀ ਜਾ ਰਹੀ ਹਾਂ ਤੁਹਾਡੇ ਸਾਹਮਣੇ ਆਈ ਜਾ ਰਹੀ ਹਾਂ ਬਸ ਕਿਸੇ ਕਿਸੇ ਟਾਈਮ ਮੇਰਾ ਮਨ ਇਸ ਤਰ੍ਹਾਂ ਹੋ ਜਾਂਦਾ ਹੈ ਮੈਂ ਖੁਸ਼ ਰਹਿੰਦੀ ਹਾਂ ਅਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਦੀ ਹਾਂ ਹੈ ਨਾ ਬਸ ਇੰਨਾ ਕੰਮ ਹੈ ਅਤੇ ਤੁਹਾਡੇ ਅੱਗੇ ਮੈਂ ਖੁਸ਼ੀ ਖੁਸ਼ੀ ਆਉਂਦੀ ਹਾਂ ਠੀਕ ਹੈ ਤਾਂ ਕਿ ਤੁਸੀਂ ਵੀ ਖੁਸ਼ ਰਹੋ ਠੀਕ ਹੈ ਓਏ ਓਏ ਸਮਾਨ ਲੈਂਦਾ ਥੋੜ੍ਹਾ ਜਿਹਾ ਸਵੇਰੇ ਦਿਖਾਉਂਗੀ ਠੀਕ ਹੈ ਜ਼ਿਆਦਾ ਕੁਛ ਖਾਸ ਨਹੀਂ ਹੈ ਪਰ ਦਿਖਾਉਂਗੀ ਸਵੇਰੇ ਠੀਕ ਹੈ ਜਿੰਨੇ ਕੰਮ ਮੈਂ ਤੁਹਾਨੂੰ ਦਿਖਾਉਂਦੀ ਹਾਂ ਉਸ ਤੋਂ ਇਲਾਵਾ ਵੀ ਕਾਫੀ ਸਾਰੇ ਕੰਮ ਹੁੰਦੇ ਘਰਾਂ ਦੇ ਅਤੇ ਜਿਹੜੇ ਮੈਂ ਕਰ ਲੈਂਦੀ ਹਾਂ ਪਰ ਜੇ ਇੰਨਾ ਕੁਛ ਦਿਖਾਈ ਜਾਈਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜੂਗੀ ਹੈ ਨਾ ਸੋ ਮੇਨ ਮੇਨ ਕੰਮ ਦਿਖਾਉਂਦੀ ਹੁੰਦੀ ਹਾਂ ਮੈਂ ਲਓ ਜੀ ਗੱਲਾਂ ਵਿੱਚ ਬਣ ਗਈ ਸਾਡੀ ਚਾਹ ਹੁਣ ਇੱਥੇ ਮੈਂ ਤੁਹਾਨੂੰ ਇੱਕ ਗੱਲ ਕਹੂੰਗੀ ਕਿ ਹੁਣ ਜਿਵੇਂ ਮੈਂ ਤੁਹਾਡੇ ਨਾਲ ਲਾਈਵ ਬੋਲੀ ਜਾਂਦੀ ਹਾਂ ਹੈ ਨਾ ਛੋਟੀ ਮੋਟੀ ਗੱਲ ਦੱਸਦੀ ਹਾਂ ਹੁਣ ਕਿਸੇ ਟਾਈਮ ਕੱਲ੍ਹ ਮਤਲਬ ਮੈਂ ਆਪਣੇ ਆਪ ਨੂੰ ਠੀਕ ਨਹੀਂ ਮਹਿਸੂਸ ਕਰ ਰਹੀ ਸੀ ਹੈ ਨਾ ਅਤੇ ਪਰ ਮੈਂ ਅੱਜ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਹੀ ਹਾਂ ਇਹ ਵੀ ਕੁਛ ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਦੱਸਿਆ ਖਾਣ ਪੀਣ ਦਾ ਹੀ ਹੁੰਦਾ ਹੈ ਨਾ ਅਤੇ ਆਪਾਂ ਸੋਚੀਏ ਨਾ ਵੀ ਆਪਾਂ ਨੂੰ ਇਹ ਵੀ ਹਜਮ ਆ ਜੂਗਾ ਅੱਜ ਕੱਲ੍ਹ ਦੀ ਜਿਹੜੀ ਖੁਰਾਕ ਹੈ ਨਾ ਬਿਲਕੁਲ ਵੀ ਹੈ ਨਾ ਸਹੀ ਨਹੀਂ ਹੈਗੀ ਅਤੇ ਆਪਾਂ ਸੋਚੀਏ ਨਾ ਬਾਹਰਲਾ ਇੱਕ ਦਿਨ ਖਾਣਾ ਖਾ ਲਈਏ ਹੁਣ ਜਿਵੇਂ ਇਹਨਾਂ ਨੇ ਇੱਕ ਦਿਨ ਬਾਹਰਲਾ ਖਾਣਾ ਖਾਇਆ ਅਤੇ ਨਾਲ ਦੀ ਨਾਲ ਪੇਟ ਅਪਸੈਟ ਹੋ ਗਿਆ ਹੈ ਨਾ ਅਤੇ ਕਈ ਵਾਰ ਨਾ ਫਟਾਫਟ ਤੇਜ਼ ਤੇਜ਼ ਬੋਲਦੀ ਹਾਂ ਨਾ ਵਰਡ ਇੱਧਰ ਉੱਧਰ ਹੋ ਜਾਂਦੇ ਹੈਗੇ ਆ ਅਤੇ ਮੈਂ ਹੁਣ ਵੀ ਜਿਵੇਂ ਚਾਹ ਦਾ ਕੱਪ ਪੀ ਰਹੀ ਹੈਗੀ ਹਾਂ ਹੈ ਨਾ ਅਤੇ ਜਿਸ ਤਰ੍ਹਾਂ ਆਪਾਂ ਬਾਹਰੋਂ ਚਾਹ ਪੀ ਲੈਂਦੇ ਹਾਂ ਅਤੇ ਮੈਂ ਤੁਹਾਨੂੰ ਕਹੀਏ ਨਾ ਹੁਣ ਤੁਸੀਂ ਇੱਥੇ ਵੀ ਆ ਜਾਓ ਹੈ ਨਾ ਮੈਂ ਕੱਪੜੇ ਤੈਅ ਮਾਰੀ ਜਾਂਦੀ ਹਾਂ ਅਤੇ ਮੈਨੂੰ ਐਂ ਹੀ ਲੱਗਦਾ ਰਹਿੰਦਾ ਕਿ ਮੈਂ ਤੁਹਾਡੇ ਨਾਲ ਹੀ ਗੱਲਾਂ ਕਰੀ ਜਾਂਦੀ ਹਾਂ ਹੈ ਨਾ ਅਤੇ ਲਾਈਵ ਆਈ ਹੋਈ ਹਾਂ ਅਤੇ ਜਿਸ ਤਰ੍ਹਾਂ ਆਪਾਂ ਲਾਈਵ ਕੰਮ ਕਰਦੇ ਰਹਿੰਦੇ ਹਾਂ ਲਾਈਵ ਆ ਕੇ ਹੈ ਨਾ ਅਤੇ ਉਸ ਉਹੀ ਹਿਸਾਬ ਹੋ ਜਾਂਦਾ ਅਤੇ ਇੱਥੇ ਮੈਨੂੰ ਬਿਲਕੁਲ ਵੀ ਮੈਂ ਤੁਹਾਨੂੰ ਦੱਸਾਂ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਹੈਗਾ ਕਿ ਮੇਰੇ ਕੋਲ ਕੋਈ ਹੈ ਨਹੀਂ ਹੈ ਨਾ ਅਤੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮੈਂ ਕੈਮਰਾ ਔਨ ਕਰ ਲੈਂਦੀ ਹਾਂ ਅਤੇ ਮੈਨੂੰ ਐਂ ਲੱਗਦਾ ਤੁਸੀਂ ਸਾਰੇ ਜਣੇ ਮੈਨੂੰ ਦੇਖੀ ਜਾਂਦੇ ਦੇਖ ਤਾਂ ਰਹੇ ਹੋ ਪਰ ਮੈਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਨਾ ਤੁਸੀਂ ਤਾਂ ਦੇਖ ਹੀ ਰਹੇ ਹੋ ਹੈ ਨਾ ਇਹ ਤਾਂ ਠੀਕ ਹੈ ਗੱਲ ਸੱਚ ਹੈ ਪਰ ਮੈਨੂੰ ਵੀ ਐਂ ਲੱਗਦਾ ਤੁਸੀਂ ਮੈਨੂੰ ਦੇਖ ਰਹੇ ਹੋ ਹੈ ਨਾ ਅਤੇ ਤਾਂ ਹੀ ਆਪਾਂ ਇੱਕ ਦੂਜੇ ਨਾਲ ਹੈ ਨਾ ਕਿੰਨਾ ਨਜ਼ਦੀਕ ਹੈਗੇ ਹਾਂ ਇੱਕ ਦੂਜੇ ਦੇ ਹੈ ਨਾ ਅਤੇ ਮਿੱਠੂ ਦੇਖ ਲਓ ਕਿਵੇਂ ਛਾਲਾਂ ਮਾਰੀ ਜਾਂਦਾ ਅਤੇ ਅੱਜ ਕੱਲ੍ਹ ਅਸੀਂ ਇਹਨੂੰ ਬਾਹਰ ਨਹੀਂ ਨਿਕਲਣ ਦਿੰਦੇ ਹੈ ਨਾ ਅਤੇ ਜਿਵੇਂ ਕਹਿੰਦੇ ਨਾ ਪਾਲਿਆ ਪਲੋਸਿਆ ਛੋਟਾ ਜਿਹਾ ਲਿਆਉਂਦਾ ਸੀਗਾ ਅਤੇ ਹੁਣ ਇਹ ਮਤਲਬ ਬਿੱਲੀ ਤੋਂ ਡਰਦਾ ਮਾਰਾ ਬਾਹਰ ਨਹੀਂ ਆਉਂਦਾ ਹੈ ਨਾ ਅਤੇ ਅਸੀਂ ਇਸ ਤਰ੍ਹਾਂ ਹੀ ਨਵਾ ਧਵਾ ਕੇ ਦੇਖ ਲਓ ਹੈ ਨਾ ਅਤੇ ਪੂੰਝ ਕੇ ਐਂ ਵਧੀਆ ਹੈ ਨਾ ਜਿਵੇਂ ਆਪਾਂ ਆਪਦਾ ਪਿੰਡਾ ਪੂੰਝਦੇ ਹੈਗੇ ਹਾਂ ਅਤੇ ਇਹਨੂੰ ਵੀ ਆਰਾਮ ਹੀ ਆ ਜਾਂਦਾ ਹੈ ਨਾ ਅਤੇ ਕਿਵੇਂ ਛਾਲਾਂ ਮਾਰੀ ਜਾਂਦਾ ਅੱਜ ਅਤੇ ਜਿਸ ਟਾਈਮ ਮੈਂ ਕੱਪੜੇ ਦੇਖ ਲਓ ਤੈਅ ਮਾਰਦੀ ਹਾਂ ਕਿੰਨੇ ਸਾਰੇ ਕੱਪੜੇ ਮੈਂ ਤੈਅ ਮਾਰਦੀ ਹਾਂ ਹੈ ਨਾ ਅਤੇ ਹਰੇਕ ਵਾਰ ਮੈਂ ਤੁਹਾਡੇ ਨਾਲ ਨਹੀਂ ਵੀਡੀਓ ਸ਼ੇਅਰ ਕਰਦੀ ਤਾਂ ਹੀ ਮੈਂ ਅੱਜ ਬਾਹਰ ਖੜ੍ਹੀ ਹਾਂ ਅਤੇ ਇਸ ਤਰ੍ਹਾਂ ਹੈ ਨਾ ਜਿਹੜੇ ਤੈਅ ਮਾਰਨ ਵਾਲੇ ਤੁਸੀਂ ਵੀ ਸਾਰੇ ਐਂ ਕਰਦੇ ਹੋਵੋਗੇ ਪਰ ਸਭ ਤੋਂ ਜ਼ਿਆਦਾ ਨਾ
ਜਿਸ ਤਰ੍ਹਾਂ ਕੱਪੜਿਆਂ ਦਾ ਕੰਮ ਹੈ, ਹੁਣ ਦੇਖ ਲਓ ਪੌਣੇ ਹੋ ਗਏ, ਵੀ ਥੈਂਕ ਗੋਡ ਮੈਂ ਕਹਿ ਰਹੀ ਹਾਂ ਕਿ ਧੁੱਪ ਨਿਕਲੀ ਸੀ ਅਤੇ ਮੌਸਮ ਰੱਬ ਨੇ ਸਾਫ਼ ਕਰਤਾ ਅਤੇ ਮੇਰੇ ਕੱਪੜੇ ਸਾਰੇ ਸੁੱਕ ਗਏ, ਤਾਂ ਇੰਨੇ ਸਾਰੇ ਮੈਂ ਕੱਪੜੇ ਕਿੱਥੇ ਸੰਭਾਲਦੀ ਹੈ ਨਾ, ਅਤੇ ਅੰਦਰ ਕੱਪੜੇ ਪਾਏ ਮੈਨੂੰ ਬਹੁਤ ਭੈੜੇ ਲੱਗਦੇ ਆ, ਕੰਮ ਐਂ ਲੱਗਦਾ ਫਿਰ ਆਪਣਾ ਕੱਪੜਿਆਂ ਦਾ ਕੰਮ ਹੀ ਨਹੀਂ ਨਿਬੜਿਆ ਹੈ ਨਾ। ਅਤੇ ਮੈਂ ਦੱਸ ਰਹੀ ਹਾਂ ਜਿੰਨੀ ਦੇਰ ਮੈਂ ਚਾਹ ਦਾ ਕੱਪ ਪੀਊਂਗੀ ਹੈ ਨਾ, ਅਤੇ ਇੰਨੀ ਦੇਰ 'ਚ ਮੈਂ ਕੱਪੜੇ ਸੰਭਾਲ ਦੂੰਗੀ, ਟਾਈਮ ਬਿਲਕੁਲ ਵੀ ਹੈ ਨਾ ਆਪਾਂ ਇੱਧਰ ਉੱਧਰ ਵੇਸਟ ਨਹੀਂ ਕਰਦੇ ਹੈਗੇ। ਫਿਰ ਵੀ ਦੇਖ ਲਓ ਆਹ ਵੇਲਾ ਆ ਜਾਂਦਾ ਹੈਗਾ ਜੋ ਸਵੇਰ ਤੋਂ ਲੱਗਦੇ ਹਾਂ, ਅਤੇ ਮੈਂ ਜੇ ਇੱਕ ਵਾਰੀ ਸੋਚ ਲਾ ਨਾ ਮੈਂ ਥੱਕੀ ਹੋਈ ਹਾਂ, ਫਿਰ ਮੇਰੇ ਕੋਲ ਕੰਮ ਨਹੀਂ ਹੁੰਦਾ। ਸੋ ਆਪਣੇ ਆਪ ਨੂੰ ਐਕਟਿਵ ਰੱਖਣਾ ਪੈਂਦਾ। ਇਸ ਵੀਡੀਓ ਦਾ ਆਪਾਂ ਇੱਥੇ ਕਰਾਂਗੇ, ਕੱਲ੍ਹ ਨੂੰ ਫਿਰ ਮਿਲਾਂਗੇ।